ਧਾਲੀਵਾਲ ਸਾਹਿਬ, ਇੱਕ ਹੀਰਾ ਸਿੰਘ ਨਗਰ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਆ, ਉੱਥੇ ਇੱਕ ਅੱਜ ਪ੍ਰੋਗਰਾਮ ਆ ਰਿਹਾ, ਕੀ ਕਹਿਣਾ ਇਹਦੇ ਬਾਰੇ? ਜਿਵੇਂ ਕਿ ਆਪਾਂ ਸਾਰੇ ਭਲੀ ਭਾਂਤ ਜਾਣੂ ਆ, ਜਦੋਂ ਤੋਂ ਆਪ ਸਰਕਾਰ ਹੋਂਦ 'ਚ ਆਈ ਹੈ, ਇਹਨਾਂ ਦਾ ਜਿਹੜਾ ਮੁੱਖ ਟੀਚਾ ਹੀ ਜਿਹੜੇ ਸਰਕਾਰੀ ਸਕੂਲ ਅਤੇ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਦੀ ਬਿਹਤਰੀ ਲਈ ਕਦਮ ਚੁੱਕਣਾ ਰਿਹਾ। ਅਤੇ ਇਸੇ ਲੜੀ ਤਹਿਤ ਜਿੰਨੇ ਵੀ ਹਲਕੇ ਦੇ ਜਾਂ ਪੰਜਾਬ ਦੇ ਸਕੂਲ ਨੇ, ਉਹਨਾਂ ਨੇ ਜੋ ਵੀ ਡਿਮਾਂਡਾਂ ਭੇਜੀਆਂ, ਉਹਨਾਂ ਨੂੰ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਸਰਕਾਰ ਵੱਲੋਂ ਵੀ, ਅਤੇ ਜਿਹੜਾ ਮਾਨਯੋਗ ਸਪੀਕਰ ਸਾਹਿਬ ਵੱਲ ਆਪਣੇ ਸੰਧਵਾਨ ਸਾਹਿਬ, ਉਹਨਾਂ ਵੱਲੋਂ ਜਿਹੜੇ ਆਪਦੇ ਨਿੱਜੀ ਕੋਟਾ ਜਿਹੜਾ ਉਹਦੇ ਵਿੱਚੋਂ ਵੀ ਜ਼ਿਆਦਾਤਰ ਹਿੱਸਾ ਜਿਹੜਾ ਇਹਨਾਂ 'ਤੇ ਵਰਤਿਆ ਗਿਆ, ਸਰਕਾਰੀ ਸਿਹਤ ਸਹੂਲਤਾਂ ਅਤੇ ਜਿਹੜੀਆਂ ਸਰਕਾਰੀ ਸਿੱਖਿਆ ਸਹੂਲਤਾਂ ਹਨ। ਉਸੇ ਲੜੀ ਤਹਿਤ ਜਿਹੜਾ ਅੱਜ ਅਸੀਂ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਹੀਰਾ ਸਿੰਘ ਨਗਰ ਉਹਦੀ ਬ੍ਰਾਂਚ ਹੈ, ਅਤੇ ਇੱਥੇ ਅੱਜ ਅਸੀਂ ਆਏ ਹਾਂ, ਕਮਰੇ ਵਾਸਤੇ 7 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਜਾਰੀ ਕੀਤੀ ਗਈ ਹੈ, ਉਹਦੇ ਵਿੱਚੋਂ ਜਿਹੜਾ ਪਹਿਲਾ ਹਿੱਸਾ ਗ੍ਰਾਂਟ ਦਾ ਉਸ ਇੱਥੇ ਇਹਨਾਂ ਕੋਲ ਪੁੱਜ ਚੁੱਕਿਆ ਹੈ, ਅਤੇ ਬਾਕੀ ਬਚਦਾ ਹਿੱਸਾ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੁੱਜਦਾ ਹੋ ਜਾਏਗਾ। ਅਤੇ ਬਾਕੀ ਵੀ ਜਿੱਥੇ ਜਿੱਥੋਂ ਵੀ ਡਿਮਾਂਡਾਂ ਗਈਆਂ ਹੈਗੀਆਂ, ਇਹ ਜਿਹੜਾ ਇਹਨਾਂ ਦਾ ਕਾਰਡ ਹੈ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ, ਤੁਸੀਂ ਉੱਥੋਂ ਪਤਾ ਕਰ ਸਕਦੇ ਹੋ ਜੋ ਵੀ ਡਿਮਾਂਡਾਂ ਗਈਆਂ ਨੇ ਸਕੂਲਾਂ ਦੀਆਂ, ਉਹ ਸਾਰਿਆਂ 'ਤੇ ਪੈਸੇ ਵਾਲੀਆਂ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਇਹ ਸਾਡਾ ਜਿਹੜੇ ਕਿਉਂਕਿ ਆਮ ਘਰਾਂ ਨੇ, ਆਮ ਲੋਕਾਂ ਨੇ ਸਾਡੀ ਸਰਕਾਰ ਨੂੰ ਬਣਾਇਆ, ਅਤੇ ਆਮ ਲੋਕਾਂ ਦੇ ਬੱਚੇ ਇੱਥੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, ਅਤੇ ਜਿਹੜੇ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਜਾਂਦੇ ਆ, ਅਤੇ ਇਹਨਾਂ ਨੂੰ ਵੀ ਬਿਹਤਰੀ ਵਾਸਤੇ ਕੋਈ ਵੀ ਕਦਮ ਆ ਜਿਹੜਾ ਉਹ ਅਸੀਂ ਪਿੱਛੇ ਨਹੀਂ ਹਟਾਂਗੇ, ਜੋ ਵੀ ਇੱਥੇ ਲੋੜ ਹੋਊਗੀ ਉਹ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਵਾਵਾਂਗੇ। ਧੰਨਵਾਦ ਜੀ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।